ਕਈ ਬੰਦੇ ਮੈਨੂੰ ਪੁੱਛਦੇ ਭਾਈ ਸਾਹਿਬ ਤੁਹਾਡੇ ਨਾਲ ਪਿਆਰ ਕਰਨੇ ਆ ਅਸੀਂ ਕੀ ਕਰੀਏ ਅਸੀਂ ਕੀ ਕਰ ਸਕਨੇ ਆ ਤੇ ਕਈਆਂ ਦੀ ਅੱਖਾਂ ਚੋਂ ਪਾਣੀ ਆ ਜਾਂਦਾ ਹੈ ਕਈ ਦੁਖੀ ਹੁੰਦੇ ਨੇ ਜਦੋਂ ਮੇਰੇ ਨਾਲ ਗੱਲ ਕਰਦੇ ਨੇ ਸਟ੍ਰੈਸ ਚ ਹੋ ਜਾਂਦੇ ਨੇ ਪਰੇਸ਼ਾਨ ਹੋ ਜਾਂਦੇ ਨੇ ਇੱਕ ਤੇ ਤੁਹਾਨੂੰ ਮੈਂ ਬੇਨਤੀ ਕਰਾਂਗਾ ਆਪਾਂ ਜਿਹੜੀ ਗੱਲ ਕਰੀਏ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਪਰੇਸ਼ਾਨ ਹੋ ਕੇ ਕੋਈ ਫੈਸਲਾ ਨਹੀਂ ਲੈਣਾ ਜੇ ਤੂੰ ਖੁਦ ਰਿਲੈਕਸ ਨਹੀਂ ਤੇ ਤੂੰ ਮੇਰਾ ਕੀ ਸਵਾਰੇਂਗਾ ਜੇ ਤੂੰ ਰਿਲੈਕਸ ਨਹੀਂ ਤੇ ਮੇਰਾ ਕੀ ਸਵਾਰੇਂਗਾ ਤੂੰ ਜੋ ਮਰਜ਼ੀ ਹੋਵੇ ਹਾਲਾਤ ਜਿਸ ਤਰ੍ਹਾਂ ਦੇ ਵੀ ਹੋਣ ਪਹਿਲੇ ਨੰਬਰ ਤੇ ਰਿਲੈਕਸ ਹੋਣਾ ਸਿੱਖ ਕਾਇਮ ਹੋਣਾ ਸਿੱਖ ਚੜ੍ਹਦੀ ਕਲਾ ਚ ਰਹਿਣਾ ਸਿੱਖ ਤੇ ਸਟ੍ਰੈਸ ਵਿੱਚ ਲਏ ਫੈਸਲੇ ਤੂੰ ਛੱਡ ਮੇਰੀ ਗੱਲ ਤੇ ਛੱਡ ਦਿਓ ਤੁਸੀਂ ਇਹਨੂੰ ਤੇ ਕਰ ਦਿਓ ਪਰੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਫੈਸਲੇ ਲੈਣੇ ਆ ਬੱਚਿਆਂ ਨੂੰ ਪੜਾਉਣਾ ਹੈ ਲੜਕੀਆਂ ਦੇ ਰਿਸ਼ਤੇ ਕਰਨੇ ਆ ਘਰ ਦੇ ਸਾਡੇ ਕਿੰਨੇ ਕੰਮ ਹੈ ਜਿਹੜੇ ਅਸੀਂ ਜ਼ਿੰਦਗੀ 'ਚ ਫੈਸਲੇ ਲੈਣੇ ਆ ਤੇ ਭਰਾਵਾ ਸਟ੍ਰੈਸ 'ਚ ਲਏ ਫੈਸਲੇ ਤੇ ਰਿਲੈਕਸ ਹੋਏ ਲਏ ਫੈਸਲਿਆਂ ਦਾ ਬੜਾ ਫਰਕ ਹੈ ਇੱਕ ਬੰਦਾ ਸ਼ਾਂਤ ਹੈ ਰਿਲੈਕਸ ਹੈ ਫਿਰ ਫੈਸਲੇ ਲੈਂਦਾ ਹੈ ਇੱਕ ਬੰਦਾ ਉਹ ਹੁੰਦਾ ਜਿਹੜਾ ਟੈਨਸ਼ਨ 'ਚ ਫੈਸਲੇ ਲੈਂਦਾ ਹੈ ਤੇ ਸਟ੍ਰੈਸ ਵਿੱਚ ਜਿੰਨੇ ਵੀ ਤੁਸੀਂ ਫੈਸਲੇ ਲਓਗੇ ਸਾਰੇ ਗਲਤ ਹੋਣਗੇ ਘਰਾਂ 'ਚੋਂ ਹੀ ਆਏ ਆ ਜਿੱਦਣ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਪੂਰੀਆਂ ਖੁਸ਼ ਹੁੰਦੀਆਂ ਕੋਈ ਨਵਾਂ ਸੂਟ ਸਾਟ ਲੈ ਕੇ ਦਿੱਤਾ ਕੋਈ ਹੋਰ ਕੋਈ ਆਇਆ ਉਦਣ ਵੇਖਿਓ ਤੁਸੀਂ ਮਾਂ ਮਿਲਣ ਆਈ ਹੈ ਭਰਾ ਮਿਲਣ ਆਇਆ ਕੋਈ ਪੇਕਿਆਂ ਵੱਲੋਂ ਟੱਬਰ ਭਾਬੀ ਭਰਾ ਭਰਜਾਈਆਂ ਆਈਆਂ ਤੇ ਰਿਲੈਕਸ ਖੁਸ਼ ਖੁਸ਼ ਹੈ ਤੇ ਉਦਣ ਸਬਜ਼ੀ ਬਣਾਉਂਦੀ ਹੈ ਫਿਰ ਐਂ ਸਮੈਕਾਂ ਆਉਂਦੀਆਂ ਕਿਚਨ ਚੋਂ ਵੀ ਅੱਜ ਬਣਿਆ ਕੁਛ ਉਦਣ ਲਸਣ ਵੀ ਛਿਲਣਾ ਉਹਨੇ ਅਦਰਕ ਵੀ ਇਦਾਂ ਪਾਓ ਮੈਂ ਆਹ ਵੀ ਪਾਵਾਂ ਮੈਂ ਇੱਕ ਪਤਾ ਲੱਗਦਾ ਵੀ ਅੱਜ ਖੜੇ ਮਸਾਲੇ ਪਾਏ ਲੱਗਦਾ ਨਾ ਪਰ ਜੇ ਹੁਣ ਸਟ੍ਰੈਸ ਚ ਹੋਵੇ 6 ਵਜੇ ਸਬਜ਼ੀ ਰਿੰਨਦੀ ਹੈ 7 ਵਜੇ ਤੱਕ ਤੇ ਕਲੇਸ਼ ਹੀ ਪਿਆ ਰਿਹਾ ਫਿਰ ਕਿਹੜੇ ਲਸਣ ਫਿਰ ਤੇ ਜਿਹੋ ਜਿਹਾ ਗੰਗਲ ਪਾਣੀ ਅੱਗੇ ਰੱਖਦੇ ਨੇ ਖਾਣਾ ਹੀ ਪੈਂਦਾ ਸਟ੍ਰੈਸ ਚ ਬਣੀ ਸਬਜ਼ੀ ਸਟ੍ਰੈਸ ਵਿੱਚ ਪੱਕੀਆਂ ਰੋਟੀਆਂ ਵੇਖੋ ਕੁਛ ਵੀ ਨਹੀਂ ਚੰਗਾ ਲੱਗਦਾ ਯਾਰ ਜ਼ਿੰਦਗੀ ਤਾਂ ਜ਼ਿੰਦਗੀ ਤੇ ਨਰਕ ਬਣ ਜਾਂਦੀ ਜਦੋਂ ਬੰਦਾ ਸਟ੍ਰੈਸ ਚ ਹੁੰਦਾ ਪਰੇਸ਼ਾਨ ਹੁੰਦਾ ਸਭ ਤੋਂ ਪਹਿਲੀ ਗੱਲ ਹੈ ਸਾਡਾ ਸ਼ਾਂਤ ਰਹਿਣਾ ਸਾਡਾ ਕੂਲ ਰਹਿਣਾ ਸਾਡਾ ਟਿਕੇ ਰਹਿਣਾ ਸਭ ਤੋਂ ਪਹਿਲਾ ਕੰਮ ਬਾਕੀ ਦੇ ਕੰਮ ਤੇਰੇ ਘਰ ਦੇ ਤੇਰੇ ਸਰੀਰ ਦੇ ਬੱਚਿਆਂ ਦੇ ਰਿਸ਼ਤੇਦਾਰੀਆਂ ਦੇ ਪੰਥ ਦੇ ਇਹ ਤੇ ਸਭ ਬਾਹਰ ਦੀਆਂ ਗੱਲਾਂ ਹੈ ਨਾ ਇਹ ਤੇ ਵੱਡੀਆਂ ਗੱਲਾਂ ਪਹਿਲੇ ਨੰਬਰ ਤੇ ਸ਼ਾਂਤ ਰਹਿ ਟਿਕ ਜਾ ਰਿਲੈਕਸ ਰਹਿ ਜੋ ਮਰਜ਼ੀ ਹੋਵੇ ਰਿਲੈਕਸ ਰਹਿ ਤੁਹਾਨੂੰ ਹੋਰ ਬੇਨਤੀ ਕਰਾਂ ਮੈਂ ਆਪਣੀ ਜ਼ਿੰਦਗੀ 'ਚ ਕਰਦਾ ਮੈਂ ਰੋਜ਼ ਕਰਦਾ ਮੈਂ ਸ਼ਾਮ ਨੂੰ 9 ਵਜੇ ਰੋਟੀ ਖਾਵਾਂ ਜਦੋਂ ਤੇ ਮੇਰੇ ਨਾਲ ਜਿਹੜੇ 5-6-7 ਹੁੰਦੇ ਨੇ ਮੈਂ ਇਦਾਂ ਕਹਿੰਦਾ ਹੁੰਦਾ ਅੱਜ ਦਿਨ ਕਿੱਦਾਂ ਦਾ ਰਿਹਾ ਅੱਜ ਦਿਨ ਬਹੁਤ ਵਧੀਆ ਸੀ ਮੇਰੀ ਜ਼ਿੰਦਗੀ 'ਚ ਇਦਾਂ ਦਾ ਟਾਈਮ ਆਉਂਦਾ ਹੁੰਦਾ ਮੈਂ ਮਹੀਨੇ ਵਿੱਚ ਹੋ ਸਕਦਾ ਕਦੇ ਇਦਾਂ ਕਮਾਂ ਵੀ ਅੱਜ ਅੱਧਾ ਦਿਨ ਬੜਾ ਭੈੜਾ ਸੀ ਦਿਨ ਭੈੜਾ ਨਹੀਂ ਮਤਲਬ ਅਸਾਂ ਮਾਹੌਲ ਨਹੀਂ ਸੀ ਠੀਕ ਮਹੀਨੇ ਵਿੱਚ ਕਦੇ ਅੱਧਾ ਦਿਨ ਜਾਂ 2 ਘੰਟੇ ਜਾਂ 3 ਘੰਟੇ ਵੀ ਅੱਜ ਸਿਰ ਦੁਖਦਾ ਸੀ 2 ਘੰਟੇ ਕੰਮ ਖਰਾਬ ਸੀ ਨਹੀਂ ਤੇ ਰੋਜ਼ ਇਹ ਕਹੀਦਾ ਅੱਜ ਦਿਨ ਬਹੁਤ ਵਧੀਆ ਸੀ ਬੜਾ ਹੀ ਚੰਗਾ ਸੀ ਉਹ ਦਿਨ ਮੇਰੇ ਲਈ ਵੀ ਹੈ ਤੇਰੇ ਲਈ ਵੀ ਹੈ ਉਹਨੂੰ ਚੰਗਾ ਬਣਾਉਣਾ ਹੈ ਉਹਨੂੰ ਵਧੀਆ ਤੂੰ ਬਣਾਉਣਾ ਹੈ ਸਮਾਂ ਇੱਕੋ ਜਿਹਾ ਹੀ ਹੁੰਦਾ ਹੈ ਇਹ ਤੇ ਲੋਕੀ ਕਹੀ ਜਾਂਦੇ ਆ ਵੀ ਗ੍ਰਹਿ ਚੱਕਰ ਹੈ ਇਹਦਾ ਇਹਦੇ ਲਈ ਦਿਨ ਮਾੜਾ ਚੰਗਾ ਨਹੀਂ ਮਤਲਬ ਅੱਜ ਦਿਨ ਕਿੱਦਾਂ ਦਾ ਲੰਘਿਆ ਮੇਰਾ ਅੱਛਾ ਜੇ 2 ਘੰਟੇ ਮੈਂ ਕਾਲਾ ਪਿਆ ਸੀ ਮੈਨੂੰ ਗੁੱਸਾ ਆਇਆ ਸੀ ਮੈਂ ਪਰੇਸ਼ਾਨ ਸੀ ਮੈਂ ਦੁਖੀ ਸੀ ਫਿਰ ਤੂੰ ਸੋਚ ਵੀ ਅੱਜ ਦੁਖੀ ਮੈਂ ਕਿਉਂ ਸੀ ਮੇਰਾ 1 ਮਿੰਟ ਵੀ ਇਦਾਂ ਦਾ ਕਿਉਂ ਲੰਘੇ ਮੇਰਾ ਯਾਰੋ ਜ਼ਿੰਦਗੀ ਹੈ
ਕੁਦਰਤ ਦੇ ਵਿੱਚ ਸਭ ਤੋਂ ਜੇ ਕੋਈ ਸੋਹਣੀ ਚੀਜ਼ ਹੈ ਨਾ ਉਹ ਬੰਦਾ ਕੁਦਰਤ ਨੇ ਆਪਣੇ ਆਪ ਨੂੰ ਰੱਬ ਨੇ ਖਿਲਾਰਿਆ ਪਰਮਾਤਮਾ ਹੈ ਜਿਹੜਾ ਆਪਣੇ ਆਪ ਨੂੰ ਐ ਖਿਲਾਰ ਦਿੰਦਾ ਕੁਦਰਤ ਬਣ ਜਾਂਦਾ ਬ੍ਰਹਮੀ ਹੈ ਜਿਹੜਾ ਬ੍ਰਹਿਮੰਡਾਂ ਦੇ ਰੂਪ ਵਿੱਚ ਫੈਲ ਜਾਂਦਾ ਉਹ ਫੈਲ ਜਾਂਦਾ ਤੇ ਜਦੋਂ ਫੈਲਿਆ ਨਾ ਉਹਦਾ ਜਿਹੜਾ ਸਭ ਤੋਂ ਵਧੀਆ ਪਾਰਟ ਹੈ ਰੱਬ ਦਾ ਉਹ ਹੈ ਬੰਦਾ ਮਨੁੱਖ ਆ ਮਾਈਂਡ ਤੇਰਾ ਦਿਮਾਗ ਇਹ ਛੋਟੀ ਗੱਲ ਨਹੀਂ ਬਾਹਰਲਿਆਂ ਨੂੰ ਜਦੋਂ ਪੁੱਛੀਦਾ ਕਿੰਨੇ ਦਿਨਾਂ ਲਈ ਇੰਡੀਆ ਆਓਗੇ ਕਹਿਣਗੇ ਦੋ ਵੀਕਾਂ ਲਈ ਚਾਰ ਵੀਕਾਂ ਲਈ ਉੱਥੇ ਗੱਲਾਂ ਵੀਕਾਂ ਚ ਹੁੰਦੀਆਂ ਉਹ ਵੀਕਾਂ ਚ ਸੋਚਦੇ ਆ ਆ ਵੀਕ ਅਗਲੀ ਵੀਕ ਅਗਲੀ ਵੀਕ ਉਹ ਪਲੈਨਿੰਗ ਕਰਦੇ ਆ ਵੀਕਾਂ ਦੇ ਹਿਸਾਬ ਨਾਲ ਵੀਕ ਹਫ਼ਤਾ ਸਾਡੇ ਵਾਲੇ ਪਲੈਨਿੰਗਾਂ ਕਰਦੇ ਆ ਸਾਲਾਂ ਦੇ ਹਿਸਾਬ ਨਾਲ ਅਗਲੇ ਸਾਲ ਜਿਵੇਂ ਖੁੱਲਾ ਹੀ ਟਾਈਮ ਹੈ ਵਾਧੂ ਸਮਾਂ ਹੈ ਵੀਕ ਨਹੀਂ ਮਹੀਨਾ ਨਹੀਂ ਸਾਲਾਂ ਦੇ ਹਿਸਾਬ ਨਾਲ ਪਰ ਇੱਕ ਗੱਲ ਸੁਣੋ ਇੱਕ ਦਿਨ ਦੀ ਵੀ ਗੱਲ ਛੱਡੋ ਮੇਰਾ ਤੇ ਬਾਬਾ ਕਹਿੰਦਾ ਐ ਮੰਨ ਲੈ ਹਮ ਆਦਮੀ ਹਾਂ ਇੱਕ ਦਮੀ ਇੱਕ ਸਾਹ ਦੀ ਵੀ ਪਲੈਨਿੰਗ ਕਰੋ ਤੁਸੀਂ ਇੱਕ ਸੈਕਿੰਡ ਦੀ ਵੀ ਪਲੈਨਿੰਗ ਕਰੋ ਇੱਕ ਮਿੰਟ ਦੀ ਵੀ ਪਲੈਨਿੰਗ ਕਰੋ ਅੱਜ ਮੇਰਾ ਇੱਕ ਸਾਹ ਵੀ ਪਰੇਸ਼ਾਨੀ ਚ ਕਿਉਂ ਲੰਘੇ ਇੱਕ ਮਿੰਟ ਵੀ ਮੇਰਾ ਖਰਾਬ ਕਿਉਂ ਹੋਵੇ ਜ਼ਿੰਦਗੀ ਹੈ ਪਿਆਰਿਓ ਇਹ ਛੋਟੀ ਜਿਹੀ ਦਾਤ ਨਹੀਂ ਹੈ ਬੜੀ ਵੱਡੀ ਗੱਲ ਹੈ ਬੰਦਾ ਬੜੀ ਵੱਡੀ ਚੀਜ਼ ਹੈ ਬੰਦਾ ਹੀ ਹੈ ਜਿਹੜਾ ਗੁਰੂ ਨਾਨਕ ਬਣਦਾ ਬੰਦਾ ਹੀ ਹੈ ਜਿਹੜਾ ਆਪਣੇ ਆਪ ਨੂੰ ਡਿਵੈਲਪ ਕਰਕੇ ਗੁਰੂ ਗੋਬਿੰਦ ਸਿੰਘ ਬਣਦਾ ਹੈ ਛੋਟੀ ਜਿਹੀ ਚੀਜ਼ ਨਹੀਂ ਬੰਦਾ ਬੰਦਾ ਜਿਹੜਾ ਬਹੁਤ ਕੁਝ ਬਣ ਸਕਦਾ ਪਰ ਜੇ ਬਣਨਾ ਚਾਹਵੇ ਤੇ ਜੇ ਨਹੀਂ ਬਣਨਾ ਫਿਰ ਪਸ਼ੂ ਬਣ ਜਾ ਫਿਰ ਤੇ ਪਸ਼ੂ ਬਣ ਗਿਆ ਥੱਲੇ ਨੂੰ ਗਿਰ ਗਿਆ ਐ ਨਾ ਕਹੋ ਬੈਠੇ ਆ ਬਸ ਬੈਠੇ ਆ ਨਹੀਂ ਇੱਕ ਇੱਕ ਸੈਕਿੰਡ ਦੀ ਪਲੈਨਿੰਗ ਕਰੋ ਮੈਂ ਤੁਹਾਨੂੰ ਕਿੰਨੀ ਵਾਰ ਇਹ ਗੱਲ ਦੀਵਾਨਾਂ ਚ ਕਹੀ ਹੈ ਸੋਚਿਆ ਕਰ ਵੀ ਕੱਲ੍ਹ ਦਾ ਦਿਨ ਆਉਣਾ ਹੈ ਚਾਹ ਕਿੰਨੇ ਵਜੇ ਸੈਰ ਕਿੰਨੇ ਵਜੇ ਰੋਟੀ ਕਿੰਨੇ ਵਜੇ ਘੁੰਮ ਕੇ ਮੈਂ ਆਉਣਾ ਮੈਂ ਕੰਮ ਤੇ ਕਿੰਨੇ ਵਜੇ ਜਾਣਾ ਵਾਪਸ ਕਿੰਨੇ ਵਜੇ ਆਉਣਾ ਟੀਵੀ ਕਿੰਨੇ ਵਜੇ ਵੇਖਣਾ ਫੋਨ ਮੈਂ ਕਿੰਨਾ ਚਿਰ ਚਲਾਉਣਾ ਕਿੰਨਾ ਟਾਈਮ ਵੇਖਣਾ ਬੱਚਿਆਂ 'ਚ ਮੈਂ ਕਿੰਨਾ ਟਾਈਮ ਦੇਣਾ ਇੱਕ ਇੱਕ ਸੈਕਿੰਡ ਸੌਣਾ ਮੈਂ 10 ਵਜੇ ਹੈ ਇਦੋਂ 10-15 ਮਿੰਟ ਇੱਧਰ ਉੱਧਰ ਹੋਣ ਪਰ ਆਪਣੀ ਟਾਈਮਿੰਗ ਹਿੱਲਣ ਨਾ ਦਿਓ ਆਪਣੀ ਪਲੈਨਿੰਗ ਕਰੋ ਲਾਈਫ ਤੁਹਾਡੀ ਮੁੱਠੀ 'ਚ ਆ ਜਾਏ ਜ਼ਿੰਦਗੀ ਮੁੱਠੀ 'ਚ ਆ ਜਾਏ ਹੱਥ 'ਚ ਆ ਜਾਏਗਾ ਸਾਰਾ ਕੁਝ ਤਾਂ ਕਰਕੇ ਰੱਬ ਨਾਲ ਪਿਆਰ ਕਰੋ ਮੈਂ ਬੋਲਿਆ ਕੀ ਹੈ ਰੱਬ ਨਾਲ ਅਸੀਂ ਰੱਬ ਦਾ ਹਿੱਸਾ ਹੈ ਕਿ ਨਹੀਂ ਪਰਮਾਤਮਾ ਸਾਡੇ ਚ ਹੈ ਕਿ ਨਹੀਂ ਹੈ ਅਸੀਂ ਪਰਮਾਤਮਾ ਦਾ ਹਿੱਸਾ ਤੇ ਫਿਰ ਮੈਂ ਕਿਹਾ ਰੱਬ ਨਾਲ ਪਿਆਰ ਕਰੋ ਮਤਲਬ ਕੀ ਆਪਣੇ ਆਪ ਨਾਲ ਪਿਆਰ ਕਰੋ ਜਿੱਦਾਂ ਦੇ ਵੀ ਹੈ ਕਾਲਾ ਕੋਈ ਪਰਵਾਹ ਨਾ ਕਰ ਤੂੰ ਕਾਲਾ ਹੈ ਨਾ ਇਹ ਆਪਣੇ ਕਾਲੇ ਰੰਗ ਨਾਲ ਵੀ ਪਿਆਰ ਕਰ ਤੂੰ ਮਦਰਾ ਹੈ ਆਪਣੇ ਮਦਰੇ ਕਦ ਨਾਲ ਵੀ ਪਿਆਰ ਕਰ ਵੀ ਮੈਂ ਐ ਘੁਸੜ ਕੇ ਲੰਘ ਜਾਣਾ ਵਿੱਚ ਦੀ ਪਿਆਰ ਕਰ ਫਿਰ ਕੀ ਹੋਇਆ ਜੇ ਲੰਬਾ ਹੈ ਤੇ ਫਿਰ ਉਹਦੇ ਨਾਲ ਵੀ ਪਿਆਰ ਕਰ ਵੀ ਜਿੱਥੇ ਹੱਥ ਮੇਰਾ ਪਹੁੰਚ ਜੂ ਦੂਜੇ ਦਾ ਥੋੜਾ ਪਹੁੰਚ ਜਾ ਅਗਲਾ ਆਵਾਜ਼ ਮਾਰਦਾ ਤਾਂ ਲਾਈ ਹੋਇਆ ਮਾੜਾ ਜਾ ਕੇ ਅਗਲਾ ਮੈਨੂੰ ਸੱਦਦਾ ਜਿੱਦਾਂ ਦੇ ਵੀ ਜਿੱਦਾਂ ਦੇ ਵੀ ਹੋ ਤੁਸੀਂ ਆਪਣੇ ਆਪ ਨਾਲ ਪਿਆਰ ਕਰਨਾ ਸਿੱਖੋ ਜਿੰਨਾ ਚਿਰ ਤੁਸੀਂ ਆਪਣੇ ਆਪ ਨਾਲ ਪਿਆਰ ਨਾ ਕਰੋਗੇ ਕਿਸੇ ਨੇ ਤੁਹਾਨੂੰ ਕੀ ਪਿਆਰ ਕਰਨਾ ਆਪਣੇ ਆਪ ਨਾਲ ਪਿਆਰ ਕਰ ਤੂੰ ਯੂਨੀਕ ਹੈ ਤੇਰੇ ਵਰਗਾ ਕੋਈ ਨਹੀਂ ਇਹ ਤੇ ਮੇਰੇ ਵਰਗੇ ਨੂੰ ਕਹਿੰਦੇ ਆ ਨਿਰੰਕਾਰੀਆ ਬਣ ਨੂੰ ਫਿਰਦਾ ਹੈ ਮੈਂ ਤੇ ਤੁਹਾਨੂੰ ਕਹਿੰਦਾ ਹੁੰਦਾ ਸਟੇਜ ਤੇ ਕਿੰਨੀ ਵਾਰ ਇਹ ਬੇੜਾ ਬਹਿ ਜਾਂਦਾ ਇਹਨਾਂ ਦਾ ਦੀਵਾਨ ਸੁਣਦੇ ਨਹੀਂ ਕਦੀ ਇਹਨਾਂ ਨੇ ਮੈਨੂੰ ਸੁਣਿਆ ਨਹੀਂ ਜੇ ਸੁਣਿਆ ਹੋਵੇ ਇਦਾਂ ਦੀਆਂ ਸਟੇਟਮੈਂਟਾਂ ਨਾ ਕਦੇ ਦੇਣ ਕਦੇ ਨਾ ਕਹਿਣ ਇਹ
ਮੈਂ ਸਟੇਜ ਤੇ ਕਹਿੰਦਾ ਹੁੰਦਾ ਕਦੇ ਨਾ ਕਹੇ ਓਏ ਆ 20,000 ਬੰਦੇ ਦੇ ਵਿੱਚ ਖੜ ਕੇ ਬੋਲਦਾ ਹੈ ਉਹ ਕਿਆ ਬੰਦਾ ਓਏ ਬਾਹਾਂ ਮਾਰ ਮਾਰ ਗੱਲਾਂ ਕਰਦਾ ਨਹੀਂ ਉਹ ਵੀਰਾ ਤੈਨੂੰ ਤੇਰੀ ਪਾਵਰ ਵੇਖਣੀ ਪੈਣੀ ਹੈ ਜਿੱਥੇ ਟਰਾਲੀ ਤੂੰ ਬੈਕ ਲਾ ਲਵੇਂ ਹੋ ਸਕਦਾ ਮੇਰੇ ਤੋਂ ਲੱਗੇ ਹੀ ਨਾ ਜਿੱਥੇ ਆ ਸਕੂਟਰੀਆਂ ਜੇ ਭਜਾਈ ਫਿਰਦੇ ਤਾਂ ਤੂੰ ਕੱਢ ਲਵੇਂ ਮੇਰੇ ਤੋਂ ਨਿਕਲੇ ਹੀ ਨਾ ਜਦੋਂ ਆਪਾਂ ਕਿਤੇ ਭੱਜੀਏ ਮੇਰਾ ਤੋਂ ਕਿੱਲਾ ਨਾ ਭੱਜਿਆ ਜਾਵੇ ਸਾਹ ਫੁੱਲ ਜਾਵੇ ਤੂੰ ਕਿਲੋਮੀਟਰ 10 ਕਿਲੋਮੀਟਰ ਤੱਕ ਸਾਹ ਹੀ ਨਾ ਲਵੇਂ ਮੇਰੀ ਇਹ ਭੈਣੇ ਜਿਹੜੀ ਸਬਜ਼ੀ ਤੂੰ ਬਣਾ ਲਵੇਂ ਜਿਹੜਾ ਗਜਰੇਲਾ ਤੇਰੇ ਤੋਂ ਬਣੇ ਤੂੰ ਆਪਣੇ ਆਪ ਨੂੰ ਵੇਖ ਨਾ ਕਿਉਂ ਕਿਸੇ ਦਾ ਪਰਸਨੈਲਿਟੀ ਇੰਪ੍ਰੈਸ਼ਨ ਲੈ ਰਹੇ ਹੋ ਤੁਸੀਂ ਕਿਸੇ ਦਾ ਪ੍ਰਭਾਵ ਕਿਉਂ ਕੌਣ ਹੁੰਦਾ ਕੋਈ ਤੂੰ ਜੋ ਹੈ ਆਪਣੇ ਆਪ ਨਾਲ ਪਿਆਰ ਕਰ ਹਰ ਚੀਜ਼ ਇੱਥੇ ਯੂਨੀਕ ਹੈ ਕੁਦਰਤ ਦੇ ਰੰਗ ਨੇ ਇੱਥੇ ਕਰੋੜਾਂ ਅਰਬਾਂ ਖਰਬਾਂ ਅਣਗਿਣਤ ਰੰਗ ਨੇ ਉਹਨਾਂ ਰੰਗਾਂ ਦੇ ਵਿੱਚੋਂ ਤੂੰ ਵੀ ਇੱਕ ਰੰਗ ਹੈ ਤੂੰ ਵੀ ਇੱਕ ਰੂਪ ਹੈ ਤੂੰ ਵੀ ਇੱਕ ਪਾਰਟ ਹੈ ਆ ਮੇਰਾ ਸਰੀਰ ਇਹਦੇ ਕਿੰਨੇ ਪਾਰਟ ਨੇ ਕਿੰਨੀਆਂ ਨਾੜੀਆਂ ਨੇ ਕਿੰਨੇ ਰੋਮ ਨੇ ਕਿੰਨੇ ਵਾਲ ਨੇ ਉਂਗਲਾਂ ਨੇ ਹਰ ਇੱਕ ਦਾ ਆਪਣਾ ਇੱਕ ਰੋਲ ਹੈ ਤਾਂ ਇੱਕ ਸਰੀਰ ਹੈ ਤੇ ਆ ਸਾਰਾ ਕੁਝ ਹੈ ਨਾ ਜੀ ਜਿਹੜਾ ਸਾਰਾ ਕੁਝ ਇਹ ਰੱਬ ਹੈ ਆਪਾਂ ਉਹਦਾ ਇੱਕ ਛੋਟਾ ਜਿਹਾ ਹਿੱਸਾ ਇਹ ਛੋਟੀ ਜੀ ਗੱਲ ਨਹੀਂ